ਇਹ ਭਾਂਡੇ ਜੀ ਜਾਂ ਕਿਹੜੀ ਅਸੀਂ ਗੁੰਡਾਗਰਦੀ ਕਰ ਰਹੇ ਹਾਂ? ਅਸੀਂ ਪ੍ਰਦਰਸ਼ਨ ਕਰਨ ਆਇਆ ਨਾ, ਜਿਹੜਾ ਕਿ ਹਮੇਸ਼ਾ ਕਰਦੇ ਹਾਂ ਓਪੋਜੀਸ਼ਨ 'ਚ, ਜਿਹੜੀ ਵੀ ਪਾਰਟੀ ਹੁੰਦੀ ਓਪੋਜੀਸ਼ਨ 'ਚ ਕਰਦੀ ਆ। ਅਤੇ ਅਸੀਂ 2 ਸਾਲ ਦਿੱਤੇ, 2 ਸਾਲ ਬਾਅਦ ਅੱਜ 2500 ਰੁਪਈਆ ਉਹ ਨਹੀਂ ਗਏ, ਜੋ 1000 ਰੁਪਈਆ ਦੇਣਾ ਸੀ ਉਹ ਨਹੀਂ ਗਾ। ਜਿਹਨੂੰ ਜੀ ਕਰਦਾ ਵਿਜੀਲੈਂਸ ਨਾਲ ਫੜ ਲੈਂਦੇ ਆ, ਜਿਹਨੂੰ ਜੀ ਕਰਦਾ ਉੱਤੇ ਪਰਚੇ ਪਾ ਲੈਂਦੇ ਆ। ਅੱਜ ਇਹਨਾਂ ਨੇ ਦੇਖਿਆ MP, XMLA, ਐਕਸ ਮੰਤਰੀ, ਕੌਂਸਲਰ ਐਕਸ, ਵੀ ਇਹ ਮੋਹਰਾਂ ਮੰਗਣ ਆਏ ਆਪਣੀਆਂ, ਇਹਨਾਂ ਦੇ ਮੋਹਰਾਂ ਲਾਉਣ ਵਾਲੇ ਹਾਥੀ ਵੱਢ ਦਿਓ। ਆਹ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ, ਸਾਡੀਆਂ ਮਾਵਾਂ ਆਈਆਂ ਹੋਈਆਂ ਸੀ, ਸਾਡੇ ਬਜ਼ੁਰਗ ਆਏ ਸੀ। ਪਲੀਜ਼ ਸਾਡੇ 'ਤੇ ਲਾਠੀ ਚਾਰਜ ਕਰੇ, ਪਲੀਜ਼ ਸਾਡੇ 'ਤੇ ਅਥਰੂ ਗੈਸ ਸਿੱਟੇ, ਪਲੀਜ਼ ਸਾਡੇ 'ਤੇ ਪਾਣੀ ਵਾਟਰ ਕੈਨਨ ਮਾਰੇ। ਲੁਧਿਆਣੇ ਦੇ ਵਿੱਚ ਕਾਂਗਰਸ ਦਾ ਨਗਰ ਨਿਗਮ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਹੈ ਜਿਹੜਾ, ਸੋ ਦਫ਼ਤਰ ਨੂੰ ਤਾਲਾ ਵੀ ਜੜ ਦਿੱਤਾ ਗਿਆ। MP ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਗੱਠਜੋੜ ਦਿਖਾ ਦਿੱਤਾ। ਦੱਸੀਏ ਕਿ ਲੁਧਿਆਣਾ ਕਾਂਗਰਸ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਦਫ਼ਤਰ ਨੂੰ ਤਾਲਾ ਜੜ ਦਿੱਤਾ ਗਿਆ। ਇਸ ਮੌਕੇ ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਿਸ ਤਰ੍ਹਾਂ ਕਟਰ ਦੀ ਵਰਤੋਂ ਕੀਤੀ ਗਈ, ਉਸ ਤੋਂ ਲੱਗਦਾ ਹੈ ਕਿ MLA ਡਰੇ ਹੋਏ ਨੇ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਸਖ਼ਤ ਨੋਟਿਸ ਹੈ ਜਿਹੜਾ ਲੈਣਗੇ। ਬਿੱਟੂ ਨੇ ਕਿਹਾ ਜੇਕਰ ਤਾਲਾ ਲਾਇਆ ਸੀ ਤਾਂ ਉਸਨੂੰ ਤੋੜਿਆ ਵੀ ਜਾ ਸਕਦਾ ਸੀ। ਕਟਰ ਲਿਆ ਕੇ ਉਹਨਾਂ ਨੇ ਸਾਡੇ ਹੱਥ ਵੱਢਣ ਦੀ ਕੋਸ਼ਿਸ਼ ਕੀਤੀ ਹੈ, ਸਾਡੀਆਂ ਉਂਗਲੀਆਂ ਤੇ ਕਟਰ ਲੱਗ ਸਕਦਾ ਸੀ। ਇਸ ਮੌਕੇ ਕਾਂਗਰਸ ਦੀ ਸਮੁੱਚੀ ਲੁਧਿਆਣਾ ਦੀ ਲੀਡਰਸ਼ਿਪ ਮੌਜੂਦ ਰਹੀ। ਰਵਨੀਤ ਬਿੱਟੂ ਤੋਂ ਇਲਾਵਾ ਕਾਂਗਰਸ ਦੇ ਸਾਬਕਾ MLA ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਨੇ, ਜੋ ਕਿ ਸੰਵਿਧਾਨਕ ਹੱਕ ਹੈ। ਉਹਨਾਂ ਕਿਹਾ ਕਿ ਕੰਮ ਲਟਕੇ ਹੋਏ ਨੇ, ਲੋਕ ਪਰੇਸ਼ਾਨ ਨੇ। NOC ਦਾ ਮੁੱਦਾ ਹੈ ਜੋ ਕਿ ਲੋਕਾਂ ਨੂੰ ਨਹੀਂ ਮਿਲ ਰਹੀ, ਹੋਰ ਵੀ ਕਈ ਮੁੱਦੇ ਨੇ ਜਿਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਨੇ, ਇਸ ਕਰਕੇ ਉਹਨਾਂ ਦੇ ਵੱਲੋਂ ਤਾਲਾ ਲਗਾਇਆ ਗਿਆ ਹੈ। ਦੱਸ ਦਈਏ ਕਿ ਇਸ ਮੌਕੇ ਕਾਫੀ ਜ਼ਿਆਦਾ ਰੋਸ ਪ੍ਰਦਰਸ਼ਨ ਵੀ, ਗਹਿਮਾ ਗਹਿਮੀ ਵੀ ਵੇਖਣ ਨੂੰ ਮਿਲੀ। ਵੱਡੀ ਗਿਣਤੀ ਦੇ ਵਿੱਚ ਲੀਡਰਸ਼ਿਪ ਉੱਥੇ ਮੌਜੂਦ ਸੀ, ਵੱਡੀ ਗਿਣਤੀ ਵਿੱਚ ਲੋਕ ਉੱਥੇ ਮੌਜੂਦ ਨੇ, ਅਤੇ ਲਗਾਤਾਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪੁਲਿਸ ਅਤੇ ਵਰਕਰਾਂ ਦੇ ਵਿੱਚ ਝੜਪ ਦੀਆਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ, ਅਤੇ ਲੋਕ ਉੱਥੇ ਕਿਸ ਤਰੀਕੇ ਦੇ ਨਾਲ ਸ਼ਿਕਾਰ ਹੋਏ ਸਨ ਉਸ ਦੀਆਂ ਤਸਵੀਰਾਂ ਵੀ ਸਾਡੇ ਸਾਹਮਣੇ ਆਈਆਂ ਨੇ, ਜੋ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਵੇਖਦੇ ਰਹੋ ਲੁਧਿਆਣਾ ਲਾਈਵ। ਜਿਹੜੀ ਵੀ ਪਾਰਟੀ ਹੁੰਦੀ ਓਪੋਜੀਸ਼ਨ 'ਚ ਕਰਦੀ ਆ, ਅਤੇ ਅਸੀਂ 2 ਸਾਲ ਦਿੱਤੇ, 2 ਸਾਲ ਬਾਅਦ ਅੱਜ ਅਸੀਂ ਜੋ ਪੈਨਸ਼ਨਾਂ ਹੈ 2500 ਰੁਪਈਆ ਉਹ ਨਹੀਂ ਗਏ, ਜੋ 1000 ਰੁਪਈਆ ਦੇਣਾ ਸੀ ਉਹ ਨਹੀਂ ਗਾ, ਜੋ ਕੰਪੈਕਟਰ ਲੱਗਣੇ ਸੀ ਉਹ ਨਹੀਂ ਗਏ, NOC ਮਿਲ ਨਹੀਂ ਰਹੀ ਕਿਸੇ ਨੂੰ, ਕਾਰਡ ਨੀਲੇ ਕੱਟ ਤੇ ਸਾਰਿਆਂ ਦੇ 5000, ਅਤੇ ਹੁਣ ਹੋਰ ਕਰੀਏ ਕੀ? ਆਹ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ, ਸਾਡੀਆਂ ਮਾਵਾਂ ਆਈਆਂ ਹੋਈਆਂ ਸੀ, ਸਾਡੇ ਬਜ਼ੁਰਗ ਆਏ ਸੀ, ਅਤੇ ਇਹ ਪ੍ਰਦਰਸ਼ਨ ਜਿਹੜਾ ਹੈ ਅਮਨ ਢੰਗ ਨਾਲ, ਪੁਲਿਸ ਖੜੀ ਆ, ਪੁਲਿਸ ਸਾਡੇ 'ਤੇ ਲਾਠੀ ਚਾਰਜ ਕਰੇ, ਪੁਲਿਸ ਸਾਡੇ 'ਤੇ ਅਥਰੂ ਗੈਸ ਸਿੱਟੇ, ਪੁਲਿਸ ਸਾਡੇ 'ਤੇ ਪਾਣੀ ਵਾਟਰ ਕੈਨਨ ਮਾਰੇ, ਜਿਹੜਾ ਕਿ ਹੁੰਦਾ। ਪਰ ਅੱਜ ਕੀ ਹੋਇਆ, ਪੁਲਿਸ ਨੇ ਅਸੀਂ ਬੈਰੀਗੇਟ ਟੱਪ ਗਏ, ਕੁਛ ਨਹੀਂ ਕਿਹਾ। ਅਸੀਂ ਜਦੋਂ ਅੰਦਰ ਗਏ ਹਾਂ, ਅੱਜ ਨਵਾਂ ਕੰਮ ਇਹ ਜਾਂ ਤਾਂ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰਿਆਂ ਵੇਲੇ ਹੁੰਦਾ ਸੀ, ਇੰਨੇ ਸੀਨੀਅਰ ਬੰਦੇ ਪਿੱਛੇ ਮੂਹਰੇ ਲੱਗੇ ਆ ਵੀ ਇਹ ਨਾ ਹੋਵੇ ਕੋਈ ਕਿਤੇ ਸਾਡੇ ਕਿਸੇ ਮੁੰਡੇ ਦੇ ਸੱਟ ਵੱਜੇ, ਨੌਜਵਾਨਾਂ ਦੇ ਸੱਟ ਵੱਜੇ, ਉਹ ਸਾਡੇ ਮਗਰ ਖੜੇ ਆ। ਅਤੇ ਅਸੀਂ ਜਦੋਂ ਅੱਗੇ ਵਧੇ ਤਾਂ ਇੱਕ ਕਾਰਪੋਰੇਸ਼ਨ ਦਾ ਮੁਲਾਜ਼ਮ, ਯਾਰ ਪਹਿਲੀ ਵਾਰ ਦੇਖਿਆ, ਉਹ ਡਰਾਉਣ ਲਈ, ਤੁਹਾਡੇ ਬਹੁਤ TV ਚੈਨਲ ਦੇ ਵਿਜੂਅਲ ਆਏ ਹੋਣਗੇ, ਉਹ ਚਲਾਉਣ ਡਰਾਉਣ ਲਈ, ਅਸੀਂ ਤਾਂ ਕਿਹਾ ਚੱਲ ਕੱਟ ਰਹੇ ਅੱਗ ਜੀ ਕੱਢਦਾ, ਅੱਗ ਸਾਡੇ ਅੱਖਾਂ 'ਚ ਪਈ ਸਾਰਿਆਂ ਦੇ, ਅਸੀਂ ਕਿਹਾ ਚਲੋ ਕੋਈ ਗੱਲ ਨਹੀਂ। ਜਦੋਂ ਅਸੀਂ ਜਾ ਕੇ ਹੱਥ ਪਾਏ ਗ੍ਰਿਲ ਨੂੰ ਹੱਥ ਪਾਏ ਤਾਂ ਉਹ ਕਟਰ ਲੈ ਕੇ ਅੱਗੇ ਆ ਗਿਆ। ਅਸੀਂ ਆਸ਼ੂ, ਮੇਰੇ ਪਾਂਡੇ ਸਾਰੇ, ਅਸੀਂ ਸੰਜੇ ਹੱਥ ਪਿੱਛੇ ਕਰ ਲਏ ਮੁੰਡਿਆਂ ਨੇ, ਉਹਨੇ ਆ ਕੇ ਜਿਹੜਾ ਕਟਰ ਆ ਉਹ ਨਾਲ ਲਾ ਕੇ ਚਲਾਉਣਾ ਸ਼ੁਰੂ ਕਰ, ਅਤੇ ਜਿਹਦੀਆਂ ਅੱਖਾਂ 'ਚ ਸਾਡੇ
ਇੱਕਦਮ ਅੱਗ ਪਈ ਤੇ ਸੰਜੇ ਦੇ ਕੱਟਣ ਲੱਗਿਆ ਤੇ ਉਸ ਤੋਂ ਬਾਅਦ ਅਸੀਂ ਪਿੱਛੇ ਹਟੇ। ਉਹਨੂੰ ਸਮਝਾਇਆ, ਪੁਲਿਸ ਵਾਲੇ ਅਫਸਰ ਖੜੇ ਉਹਨਾਂ ਨੂੰ ਸਮਝਾਇਆ ਵੀ ਇਹ ਕਿਹੜਾ ਤਰੀਕਾ ਯਾਰ, ਤੁਸੀਂ ਜੋ ਮਰਜ਼ੀ ਕਰੋ ਕਟਰ ਨਾਲ ਸਾਡੇ ਹੱਥ ਹੀ ਵੱਢਣ, ਵੀ ਕਹਿੰਦਾ ਹੱਥ ਪਰੇ ਕਰ ਲਓ, ਜੇ ਹੱਥ ਲਾਓਗੇ ਤਾਂ ਮੈਂ ਕਟਰ ਚਲਾਊਂਗਾ। ਫਿਰ ਅਸੀਂ ਜਿਹੜਾ ਸੰਗਲ ਸੀ ਉਹਦੇ ਉੱਤੇ ਆਪਣੇ ਆਪਣੇ ਐ ਹੱਥ, ਇੱਕ ਦੇ ਉੱਤੇ ਹੱਥ, ਇੱਕ ਦੇ ਉੱਤੇ ਹੱਥ, ਸਭ ਨੇ ਰੱਖ ਲਿਆ ਵੀ ਲੈ ਚਲਾ। ਉਹ ਫਿਰ ਵੀ ਨਹੀਂ ਹਟਿਆ। ਫਿਰ ਇੱਕ ਕੋਈ ਭਲਾ ਬਾਂਸ ਪੁਰਾਣਾ ਕੋਈ ਮੁਲਾਜ਼ਮ ਸੀ ਪੁਲਿਸ ਦਾ, ਜਿਹਨੇ ਉਹਨੂੰ ਕਿਹਾ ਵੀ ਦਰਬ ਦੇ ਵਾਸਤੇ ਤੂੰ ਕਿਹੜੇ ਕੰਮ 'ਚ ਪੈ ਗਿਆ। ਪਰ ਉਹਨੂੰ ਪਿੱਛੋਂ ਟੈਲੀਫੋਨ MLA ਦੇ ਆ ਰਹੇ ਸੀ ਲਗਾਤਾਰ, ਕਿਉਂਕਿ ਅਸੀਂ 15 ਮਿੰਟ ਤੋਂ ਖੜ੍ਹੇ ਸੀ, ਵੱਧ ਅੱਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਆ ਰਹੇ ਸੀ ਵੀ ਇਹਨਾਂ ਦੇ ਜਿਵੇਂ ਅੱਤਵਾਦੀਆਂ ਵੇਲੇ ਕਿਹਾ ਵੀ ਵੋਟਾਂ ਪਾਓ, ਜਿਹੜਾ ਉਂਗਲਾਂ ਵੱਢ ਦਾਂਗੇ, ਇਹਨਾਂ ਨੇ ਕਿਹਾ ਵੀ ਜਿਹੜਾ ਐਜੀਟੇਸ਼ਨ ਕਰੂਗਾ ਉਹਦੇ ਹੱਥ ਵੱਢ ਦਿਓ। ਉਹ ਮੁਲਾਜ਼ਮ ਨੇ ਯਾਰ ਕਦੇ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕਦੇ ਦੇਖਿਆ ਵੀ ਕਟਰ ਵਰਤੇ ਜਾਣ? ਇਹ ਤਾਂ ਹਰਿਆਣੇ ਦੇ ਬਾਰਡਰ 'ਤੇ ਨਹੀਂ ਵਰਤੇ ਗਏ, ਇੱਥੇ ਕਟਰ ਲੈ ਕੇ ਉਹਨੂੰ ਫਿਰ ਜਦੋਂ ਉਹਨੂੰ ਪੁਲਿਸ ਵਾਲੇ ਨੇ ਕਿਹਾ ਵੀ ਇਹ ਤਾਂ ਕਰਨ ਕੀ ਲੱਗਿਆ, ਇਹ ਤਾਂ 302 ਦੇ ਮੁਕੱਦਮੇ ਦਰਜ ਹੋਣਗੇ ਤੇਰੇ 'ਤੇ, ਤਾਂ ਉਹ ਉੱਥੋਂ ਭੱਜਿਆ, ਉਹਨੂੰ ਲੁਕੋਇਆ ਗਿਆ। ਪਰ ਦੇਖੋ ਕਾਰਪੋਰੇਸ਼ਨ ਦੇ ਵਿੱਚ ਇਹ ਕਿਹਨੇ ਭੇਜਿਆ ਕਟਰ ਦੇ ਕੇ? ਇਹ ਤਿਆਰੀ ਕਿਹਦੀ ਸੀ? MLA ਦੀ ਸੀ, ਕਮਿਸ਼ਨਰ ਦੀ ਸੀ, ਕਿਹਦੀ ਤਿਆਰੀ ਸੀ ਵੀ ਕਟਰ ਦੇ ਕੇ ਉਹਨੂੰ ਭੇਜਿਆ ਗਿਆ? ਬਿੱਟੂ ਜੀ ਤਾਲਾ ਜੜ ਦਿੱਤਾ ਗਿਆ MLA, ਆਮ ਆਦਮੀ ਪਾਰਟੀ ਜਿਹੜਾ MLA ਇਹ ਬਦਲਾਈ ਆ ਨਾ, ਇਹ ਦਿਖਾਉਣਾ ਚਾਹੁੰਦੇ ਆ ਵੀ ਕੋਈ ਐਜੀਟੇਸ਼ਨ, ਕਿਉਂਕਿ ਜਿਹਨੂੰ ਜੀ ਕਰਦਾ ਵਿਜੀਲੈਂਸ ਨਾਲ ਫੜ ਲੈਂਦੇ ਆ, ਜਿਹਨੂੰ ਜੀ ਕਰਦਾ ਉੱਤੇ ਪਰਚੇ ਪਾ ਲੈਂਦੇ ਆ। ਅੱਜ ਇਹਨਾਂ ਨੇ ਦੇਖਿਆ MP ਐਕਸ, MLA ਐਕਸ, ਮੰਤਰੀ ਕਾਉਂਸਲਰ ਐਕਸ, ਵੀ ਇਹ ਮੋਹਰਾਂ ਮੰਗਣ ਆਏ ਆਪਣੀਆਂ, ਇਹਨਾਂ ਦੇ ਮੋਹਰਾਂ ਲਾਉਣ ਵਾਲੇ ਹੱਥੀ ਵੱਢ ਦਿਓ। ਇਹ ਸਾਡੇ ਤੋਂ ਕਿਸ ਹੱਥ ਨਾਲ ਪੈਨਸ਼ਨ ਮੰਗ ਰਹੇ ਆ, ਕਿਸ ਹੱਥ ਨਾਲ ਸਾਡੇ ਤੋਂ 1000 ਰੁਪਈਆ ਮੰਗਦੇ, ਇਹਨਾਂ ਦੇ ਮੰਗਣ ਵਾਲੇ ਹੱਥੀ ਵੱਢ ਦਿਓ। ਇਹ ਅੱਜ ਕੰਮ ਹੋਇਆ, ਪਰ ਤੁਸੀਂ ਵੀ ਮੀਡੀਆ 'ਚ ਕਦੇ ਦੇਖਿਆ ਨਹੀਂ ਹੋਣਾ ਭਾਈ, ਹੁਣ ਲਿਖਣਾ ਦਿਖਾਉਣਾ ਤੁਹਾਡਾ ਕੰਮ ਆ, ਅਸੀਂ ਤਾਂ ਕੁਛ ਨਹੀਂ। ਅਸੀਂ ਤਾਂ ਕਹਿ ਰਹੇ ਸੀ ਵੀ ਇੱਕ ਡੱਬੇ 'ਚ ਗਗਨ ਜੀ, ਇੱਕ ਡੱਬੇ 'ਚ 95 ਦੇ 95 ਮੋਹਰਾਂ ਜਿਹੜੀਆਂ ਉਹ ਇਕੱਠੀਆਂ ਕਰਕੇ ਇੱਕ ਡੱਬੇ 'ਚ ਰੱਖੀ ਬੈਠੇ ਆ, ਅਤੇ ਜਿਹੜੇ ਆ ਹੁਕਮ ਹੁੰਦਾ ਵੀ ਕਿਹਦੀ ਦੁਕਾਨ 'ਤੇ ਤਾਲਾ ਲਾਉਣਾ, ਕਿਹਦੀ ਦੁਕਾਨ 'ਤੇ ਦੁਕਾਨ ਬੰਦ ਕਰਨੀ ਆ, ਉਹਦਾ ਜਿਹੜਾ ਹੁਕਮ ਜਾਂਦਾ, ਅਤੇ MLA ਜਦੋਂ ਲੈਣ ਦੇਣ ਹੋ ਜਾਂਦਾ ਜਿਹਦਾ ਵੀ, ਉਹ ਦੁਕਾਨਾਂ ਖੁੱਲ੍ਹ ਜਾਂਦੀਆਂ ਏ। ਅਤੇ ਇਹ ਕੰਮ ਅਸੀਂ ਹੋਣ ਨਹੀਂ ਦੇਣਾ। ਪਰ ਇਹ ਮਤ ਸਮਝਣ ਵੀ ਆ ਰਿਹਾ, ਡਰਾ ਦੇਣਗੇ ਆਹ ਸਾਰੇ, ਆਹ ਸ਼ਹੀਦ ਪਰਾਂ ਦੇ ਬੰਬਾਂ ਨੇ ਗੋਲੀਆਂ ਖਾਧੀਆਂ ਹੋਈਆਂ, ਇਹਨਾਂ ਦੀਆਂ ਆ ਰਹੀਆਂ ਜੀਆਂ ਆਹ ਮਸ਼ੀਨਾਂ ਸਾਨੂੰ ਡਰਾਉਣਗੀਆਂ। ਦੇਖੋ ਦੇਖੋ ਸੀ ਅੱਗੇ ਅੱਗੇ ਬਣਦਾ ਕੀ ਆ। ਤਾਲਾ ਜੜਤਾ ਉਹ ਛੱਡੋ ਯਾਰ, ਕਿਹਦਾ ਨਾਲ ਹੀ ਆ।